It's India versus Pakistan coming to you live from Mirpur. Aaj ta Pakistan ne chak de ne phatte. Oh, he's given it. Aha, kya bola ne teriyan. Oh, he's in control of that. Oh, khotea, eh ki kitta hi. Ball done. ਕਿੱਲੀਆਂ ਹੀ ਉੜ ਗਈਆਂ ਤੁਹਾਡੀਆਂ ਕਿੱਲੀਆਂ ਦੇਖਿਆ ਫਿਰ ਇਹ ਮੈਚ ਤਾਂ ਸਾਡਾ ਹੀ ਆ ਪਾਕਿਸਤਾਨ ਹੀ ਜਿੱਤੂਗਾ ਵੇਖਿਓ ਮੈਂ ਭਾਜੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਵਾਂ ਇੰਡੀਆ ਜਿੱਤੂਗਾ ਜਿੱਤੂਗਾ ਦੇਖ ਲੈਨੇ ਆ ਫਿਰ ਵੇਖ ਲਓ 100% ਕਮ ਔਨ ਪਾਕਿਸਤਾਨ ਗੋ ਇੰਡੀਆ ਗੋ ਗ੍ਰੀਨ ਅਸੀਂ ਗ੍ਰੀਨ 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 ਹਲਕ 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 ਸਮੈਸ਼ ਹਲਕ ਸਮੈਸ਼ ਜਾਨੂ ਕੌਣ ਜਿੱਤ ਰਿਹਾ ਵਾ ਯਾਰ ਫਿਲਹਾਲ ਤਾਂ ਪਹਿਲੇ ਇਨਿੰਗਸ ਖਤਮ ਹੋਈਆਂ ਨੇ ਹੁਣ ਤਾਂ ਪਾਕਿਸਤਾਨ ਨੇ ਬੈਟਿੰਗ ਕਰਨੀ ਆ ਹਾਂ ਕੀ ਤੂੰ ਇੰਡੀਆ ਵਾਲਾ ਜਾਂ ਪਾਕਿਸਤਾਨ ਵਾਲਾ ਮੈਂ ਦੋਨੋਂ ਵਾਲਾ ਕਿਉਂਕਿ ਇੰਡੀਆ 'ਚ ਮੇਰੇ ਦਾਦਾ ਦਾਦੀ ਰਹਿੰਦੇ ਆ ਤਾਂ ਪਾਕਿਸਤਾਨ 'ਚ ਮੇਰੇ ਨਾਨਾ ਨਾਨੀ ਰਹਿੰਦੇ ਆ ਇਸ ਵਾਸਤੇ ਮੈਂ ਦੋਨਾਂ ਨੂੰ ਸਪੋਰਟ ਕਰਾਂਗੀ ਓ ਮੈਂ ਕਿਹਾ ਸ਼ਹਿਜ਼ਾਦਾ ਲੱਗਾ ਹੀ ਸ਼ਹਿਜ਼ਾਦਾ ਕਿਆ ਛੱਕਾ ਮਾਰਿਆ ਹੀ ਦੇਖਿਆ ਫਿਰ ਸਾਡੇ ਪਾਕਿਸਤਾਨ ਦਾ ਛੱਕਾ ਗਿੰਦਾ ਹੀ ਗਵਾਤੀਆਂ ਸੀ ਕੋਈ ਗੱਲ ਨਹੀਂ ਛੱਕੇ ਛੱਕੇ ਸਾਰੇ ਮਾਰਦੇ ਭਾਜੀ ਸਾਰੇ ਛੱਕੇ ਮਾਰਦੇ ਮੈਂ ਛੱਕਾ ਮਾਰਦਾ ਘਰ ਦੇ ਵਿੱਚ ਆਪਣੇ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਇਹ ਦੇਖ ਇਹਨਾਂ ਦੀ ਹਰਕਤਾਂ ਵੇਖ ਜ਼ਰਾ ਪਾਗਲਾਂ ਤਰ੍ਹਾਂ ਖੇਡਣ ਡਏ ਨੇ ਸਟ੍ਰੋਕ ਮਾਰ ਜ਼ਰਾ ਇੰਜ ਆਹ ਬੜੀ ਗੱਲ ਕੀਤਾ ਨਾ ਭਾਜੀ ਤਜੀਆਂ ਉੱਡ ਰਹੀਆਂ ਇਸ ਵਕਤ ਪਾਕਿਸਤਾਨ ਦੀਆਂ ਇੰਡੀਅਨ ਕ੍ਰਿਕਟ ਬਾਲਰ ਨੇ ਕਮਾਲ ਕਰਤਾ ਅੱਛਾ ਅੱਛਾ ਬਹੁਤੀਆਂ ਗੱਲਾਂ ਨਾ ਕਰ ਚੁੱਪ ਕਰਕੇ ਮੈਚ ਵੇਖ ਇਜ਼ ਅ ਬਲੱਡੀ ਸ਼ਿਟ ਸ਼ਿਟ एक रन आउट की कोशिश में बैट्समैन से जबरदस्त टकराव हुआ ओए ओ साडा प्लेयर की होया ओ यार साडा मेन प्लेयर इंजर हो गया पूरी तरह से जख्मी हो गए हैं पोर्ट ऑफ स्पेन में खेले जाने वाले ओ यार हुन बैटिंग कौन करेगा नसरीन दवाक नसरीन ਨਸਰੀਨ ਗੋ ਨਸਰੀਨ ਐਬਸੋਲੂਟਲੀ ਮੈਗਨੀਫੀਸੈਂਟ ਪਲੇ ਬਾਈ ਨਸਰੀਨ ਮੈਂ ਕਹਿੰਦਾ ਕ੍ਰਿਕਟ ਖੇਲਣਾ ਕੋਈ ਇਹਦੇ ਕੋਲ ਸਿੱਖੇ ਪਾਕਿਸਤਾਨ ਦੀ ਸ਼ਾਨ ਆ ਤੂੰ ਇੱਕ ਮਿੰਟ ਮੈਚ ਜਿੱਤਣ ਲਈ ਮੈਨੂੰ ਇੱਕ ਬਾਲ 'ਤੇ 5 ਰਨ ਚਾਹੀਦੇ ਆ ਪਰ ਜੇ ਮੈਂ ਛੱਕਾ ਮਾਰਤਾ ਤਾਂ ਮੈਂ ਆਊਟ ਵੀ ਹੋ ਸਕਦੀ ਹਾਂ ਇਸ ਵਾਸਤੇ ਮੈਂ ਚੌਕਾ ਮਾਰ ਦਿੰਦੀ ਹਾਂ ਇਹਦੇ ਨਾਲ ਦੋਨੋਂ ਟੀਮਾਂ ਜਿੱਤ ਜਾਣਗੀਆਂ And she hits it for 4 runs. It's a draw between Pakistan and India. ਮੈਂ ਕੁਛ ਕਹਿਣਾ ਚਾਹੁੰਦੀ ਹਾਂ ਮੈਨੂੰ ਬਹੁਤ ਮਜ਼ਾ ਆਇਆ ਕ੍ਰਿਕਟ ਖੇਲ ਕੇ ਦੋਨੋਂ ਟੀਮਾਂ ਨੇ ਬਹੁਤ ਚੰਗਾ ਖੇਲਿਆ ਪਰ ਸਾਨੂੰ ਦੋਨਾਂ ਨੂੰ ਲੜਨਾ ਨਹੀਂ ਚਾਹੀਦਾ ਆਖਿਰ ਅਸੀਂ ਕੌਮ ਇੱਕ ਹੀ ਹਾਂ ਬਸ ਫਰਕ ਇੰਨਾ ਵਾ ਕਿ ਕਈ ਲੋਕ ਇੱਥੇ ਰਹਿੰਦੇ ਆ ਕਈ ਲੋਕ ਉੱਥੇ ਰਹਿੰਦੇ ਆ ਬਸ ਤਾਂ ਸਾਨੂੰ ਇੱਕ ਦੂਸਰੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਵਾ ਮੁਹੱਬਤ ਨਾਲ ਰਹਿਣਾ ਚਾਹੀਦਾ ਵਾ ਕਿਉਂਕਿ ਅਸੀਂ ਹਮਸਾਏ ਹਾਂ ਪਾਕਿਸਤਾਨ ਇੰਡੀਆ ਜ਼ਿੰਦਾਬਾਦ ਹੈਲਾ ਟਾਈਮ ਕੀ ਹੋਇਆ ਮੈਂ ਘਰ ਚੱਲੀ ਹਾਂ ਮੈਂ ਰੋਟੀ ਪਕਾਉਣੀ ਆ ਮੀਏ ਵਾਸਤੇ ਬਾਏ
ਪਾਜੀ ਅੱਜ ਤੇ ਕੰਮ ਬਰਾਬਰ ਹੀ ਹੋ ਗਿਆ ਪਾਜੀ ਵੈਸੇ ਗੱਲ ਤੇ ਠੀਕ ਹੈ ਤੁਹਾਡੀ ਆ ਕੀ ਰੱਖਿਆ ਮੈਚਾਂ ਦੇ ਵਿੱਚ ਹੈਨਾ ਕੋਈ ਫਾਇਦਾ ਤਾਂ ਹੈਗਾ ਨਹੀਂ ਹੈਨਾ ਇਸ ਤਰ੍ਹਾਂ ਕਰ ਤੂੰ ਮੇਰੇ ਘਰ ਆ ਜਾ ਮੈਂ ਤੈਨੂੰ ਅੰਬ ਖਿਲਾਉਣਾ ਉਹ ਵੀ ਪਾਕਿਸਤਾਨੀ ਪਾਜੀ ਪਾਕਿਸਤਾਨ ਦੇ ਅੰਬ ਉਹ ਵੀ ਕੋਈ ਅੰਬ ਹੁੰਦੇ ਪਾਜੀ ਸਾਡੇ ਇੰਡੀਆ ਦੇ ਅੰਬ ਸਭ ਤੋਂ ਵਧੀਆ ਅੰਬ ਨੰਬਰ 1 ਅੰਬ ਅਗੇ ਨੰਬਰ 1 ਸਾਰਾ ਕੁਝ ਪਾਗਲ ਹੋਇਆ ਇੰਡੀਆ ਦੇ ਅੰਬ ਕੌਣ ਖਾਂਦਾ ਫਿੱਕੇ ਉਹ ਪਾਕਿਸਤਾਨੀ ਮਿੱਠੇ ਹੁੰਦੇ ਆ ਅੰਬ ਪਾਕਿਸਤਾਨੀ ਅੰਬ ਪਾਜੀ ਇੰਡੀਆ ਦੇ ਅੰਬ ਸਭ ਤੋਂ ਵਧੀਆ ਯੈਲੋ ਰੰਗ ਦੇ ਹੁੰਦੇ ਨੇ ਤੁਹਾਡੇ ਤੇ ਹਰੇ ਹਰੇ ਰੰਗ ਦੇ ਹੁੰਦੇ ਜਿੱਦਾਂ ਤੁਹਾਡੀ ਜਰਜੀ ਹੁੰਦੀ ਹੈ ਯਾਰ ਸਾਡੇ ਅੰਬਾਂ ਦਾ ਸਹਿਜ ਵੇਖ ਤੁਹਾਡੇ ਇੰਡੀਆ ਦੇ ਅੰਬ ਇੰਜ ਨੇ ਜਿਵੇਂ ਅੰਗੂਰ ਹੁੰਦੇ ਆ ਇੱਕ ਦਫਾ ਤੁਸੀਂ ਸਾਡੇ ਪਾਕਿਸਤਾਨੀ ਅੰਬ ਖਾ ਲੈਣਾ ਤੁਸੀਂ ਕਦੀ ਆਪਣੇ ਇੰਡੀਆ ਦੇ ਅੰਬ ਨਹੀਂ ਖਾਓਗੇ ਗਰੰਟੀ ਆ ਗਰੰਟੀ ਆ ਗਰੰਟੀ ਆ ਠੀਕ ਆ ਮੇਰੀ ਵੱਲੋਂ ਵੀ ਗਰੰਟੀ ਫਿਰ ਮੇਰੇ ਵੱਲੋਂ ਵਾਰੰਟੀ ਆ ਤੇ ਗਰੰਟੀ ਛੱਡੋ ਮੇਰੇ ਵੱਲੋਂ ਵਾਰੰਟੀ ਆ ਵੀ ਤੁਸੀਂ ਇੰਡੀਆ ਵਾਲੇ ਅੰਬ ਕਰੀ ਖਾਦੇ ਨਹੀਂ ਹੋਣਗੇ ਪਰ ਯਾਰ ਆਪਣੇ ਫੋਕਲੇ ਇੰਡੀਆ ਵਾਲੇ ਅੰਬ ਆਪ ਖਾ ਲਈ ਆਮ ਸਟੈਲਿੰਗ ਯੂ ਮੈਂ ਉੱਥੇ ਆ ਕੇ ਫਿਨਿਸ਼ ਮੈਂ ਫਿਨਿਸ਼ ਕਰਦਾ ਲਾ ਸਾਲਾ ਕੋ ਤੂੰ ਰੱਖ ਫੋਨ ਤੂੰ ਰੱਖ ਫੋਨ ਮੈਂ ਕਿਉਂ ਰੱਖਾ ਫੋਨ ਤੂੰ ਰੱਖ ਫੋਨ ਤੂੰ ਰੱਖ ਫੋਨ ਪਹਿਲੇ ਤੂੰ ਰੱਖ ਵਾਰੀ ਜਾਵਾਂ ਤੇਰੇ ਤੇ ਵਾਰੀ ਫੁੱਲਾਂ ਵਾਲਾ ਹਾਰ ਪਵਾਵਾਂ ਤੈਨੂੰ ਖਿੱਚ ਕੇ ਰੱਖੋ ਖਿੱਚ ਕੇ ਫਿੱਟੇ ਮੂੰਹ ਬਈ ਯਾਰ ਫਿੱਟੇ ਮੂੰਹ ਮੈਨੂੰ ਪਤਾ ਸੀ ਇਹਨੂੰ ਸਹੀ ਕ੍ਰਿਕਟ ਖੇਡਣੀ ਆਉਂਦੀ ਆ ਐਵੇਂ ਲੱਗਾ ਸੀ ਮਜ਼ਾਕ ਕਰਨ ਪਾਗਵਾਨੇ ਨਾਜ਼ਰੀਨ ਦੇ ਕਿਤੇ ਨਾਜ਼ਰੀਨ ਦੇ ਤੇਰੇ ਘਰ ਆ ਪਾਕਿਸਤਾਨ ਵਾਲੇ ਮੈਂਗੋ ਬਹੁਤ ਸੋਹਣੇ ਆ